ਉਠਾ ਸਕਦਾ ਬਿਰਲਾ। ਸਹੀ ਅਰਥ ਇਹਦੇ ਕੋਈ ਬਿਰਲਾ ਕਰਦਾ, ਆਪਾਂ ਆਪਣੀ ਬੁੱਧ ਅਨੁਸਾਰ ਅਰਥ ਸਾਰੇ ਕਰਦੇ ਨੇ, ਆਪਣੀ ਆਪਣੀ ਮੱਤ ਅਨੁਸਾਰ ਸਾਰੇ ਅਰਥ, ਆਪਣੀ ਮੱਤ ਉਹਨੂੰ ਚੰਗੀ ਲੱਗਦੀ ਹੈ ਉਹਦੇ ਅਨੁਸਾਰ ਅਰਥ ਕਰ ਲੈਂਦੇ ਨੇ, ਚਾਹੇ ਜਾਂ ਉਹਨੂੰ ਕਹੇਗਾ ਰੰਗ। ਨਾਨਕ ਆਖੇ ਸੱਚ ਸੁਭਖ ਹੈ, ਸੱਚ ਰਪੈ ਰੰਗ ਕਬੂ ਹੋ ਨਾ ਜਾਵੇ। ਨਾਨਕ ਆਖੇ ਸੱਚ ਸੁਭਖ ਹੈ, ਨਾਨਕ ਜਿਹੜੀ ਗੱਲ ਕਹਿੰਦਾ ਸੱਚ ਕਹਿੰਦਾ, ਉਹ ਭਾਖ ਸੱਚ ਦੇ ਜੋ ਕਹਾਇਆ, ਜੋ ਸੱਚ ਕਹਾਉਂਦਾ ਉਹ ਕਹਿੰਦਾ ਨਾਨਕ ਸੁਭਖ ਹੈ। ਸੱਚ ਰਪੈ ਰੰਗ ਕਬੂ ਹੋ ਨਾ ਜਾਵੇ, ਜੇ ਸੱਚ ਨਾਲ ਕੋਈ ਰੰਗ ਸੱਚ ਨਾਲ ਰੰਗਿਆ ਜਾਵੇ ਨਾ, ਰੰਗ ਕਬੂ ਹੋ ਨਾ ਜਾਵੇ, ਤਾਂ ਸੱਚ ਦਾ ਰੰਗ ਨਹੀਂ ਫਿਰ ਕਦੇ ਉਤਰਦਾ, ਉਤਰਦਾ ਫਿੱਕਾ ਹਮੇਸ਼ਾ ਝੂਠ ਦਾ ਰੰਗ ਪੈਂਦਾ, ਸਮੇਂ ਨਾਲ ਝੂਠ ਦਾ ਰੰਗ ਫਿੱਕਾ ਪੈ ਜਾਂਦਾ, ਸੱਚ ਦਾ ਰੰਗ ਸਮੇਂ ਤੋਂ ਪਰੇ ਹੈ, ਸਮਾਜ ਤੇ ਆਪਣਾ ਅਸਰ ਕੋਈ ਨਹੀਂ ਕਰਦਾ। ਕਾਲ ਸੱਚ ਜਿਹੜਾ ਕਾਲ ਹੈ, ਕੋਈ ਸੱਚ ਅਕਾਲ ਹੈ, ਸੱਚ ਅਕਾਲ ਹੈ, ਕਾਲ ਝੂਠਦਾ, ਸੱਚ ਦਾ ਤਾਂ ਕਾਲ ਹੈ ਨਹੀਂ। ਇਹ ਅਨਹਦ ਬਾਣੀ ਹੈ, ਅਨਹਦ ਬਾਣੀ ਗੁਰ ਸ਼ਬਦ ਜਾਣੀ, ਹਰ ਨਾਮ ਹਰ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗ। ਸੱਚ ਦਾ ਰੰਗ ਨਹੀਂ ਫਿੱਕਾ ਪੈਂਦਾ ਸਮੇਂ ਨਾਲ, ਸੱਚ ਫਿਰ ਉਸੇ ਰੂਪ 'ਚ ਪ੍ਰਗਟ ਹੁੰਦਾ, ਕਦੇ ਹੋ ਜਾਵੇ ਇਸੇ ਰੂਪ 'ਚ ਪ੍ਰਗਟ ਹੋਊ, ਚਾਹੇ 20,000 ਸਾਲ ਬਾਅਦ ਪ੍ਰਗਟ ਹੋ ਗਏ ਹੁੰਦੇ, ਚਾਹੇ 5,000 ਸਾਲ ਪਹਿਲਾਂ ਪ੍ਰਗਟ ਸੀ ਜਿਹੜਾ ਉਹ ਵੀ ਇਹੀ ਰੂਪ ਸੀ, ਇਹਦਾ ਰੂਪ 'ਚ ਕੋਈ ਫਰਕ ਨਹੀਂ ਪੈਂਦਾ, ਇੱਕ ਰੂਪ ਹੈ ਇਹਦਾ, ਇੱਕ ਰੰਗ ਹੈ, ਇੱਕੋ ਰੂਪ ਹੈ। ਬਹੁਤੇ ਰੂਪ ਝੂਠਦੇ ਹੁੰਦੇ, ਸੱਚ ਦਾ ਰੰਗ ਇੱਕੋ ਹੀ ਹੁੰਦਾ, ਹਰ ਆਪੇ ਹੀ ਇੱਕ ਰੰਗ ਹੈ। ਹਰ ਬਹੁਰੰਗੀ ਵੀ ਹੈ, ਬਹੁਰੰਗੀ ਝੂਠਦਾ, ਮਨ ਕਰਕੇ ਬਹੁਰੰਗੀ ਹੈ, ਹਰ ਕਰਕੇ ਇੱਕ ਰੰਗੀ, ਸੱਚ ਕਰਕੇ ਇੱਕ ਰੰਗੀ ਹੈ, ਮਾਇਆ ਕਰਕੇ ਬਹੁਰੰਗੀ, ਬਹੁਰੰਗ ਮਾਇਆ ਦੇ ਨੇ, ਮਾਇਆ ਉਹਨੇ ਪੈਦਾ ਕੀਤੀ, ਮਾਇਆ ਬਹੁਰੰਗੀ ਹੈ ਉਹਦੀ, ਸੱਚ ਇੱਕ ਰੰਗ, ਮਾਇਆ ਦੇ ਪ੍ਰਭਾਵ ਵਾਲੀ ਬੁੱਧੀ ਬਹੁਰੰਗੀ ਹੈ। ਜਿੱਥੇ ਬੁੱਧ ਤੇ ਮਾਇਆ ਦਾ ਪ੍ਰਭਾਵ ਹੈ, ਜਿਹੜੀ ਬੁੱਧ ਮਾਇਆ ਨੂੰ ਮਾਨਤਾ ਦੇ ਰਹੀ ਹੈ, ਉਹਦੇ ਰੰਗ ਅਨੇਕ ਨੇ। ਜਦੋਂ ਮਾਇਆ ਤੋਂ ਉੱਪਰ ਉੱਠ ਜਾਂਦੀ ਹੈ ਬੁੱਧ, ਫਿਰ ਇੱਕੋ ਹੀ ਰੰਗ ਰਹਿ ਜਾਂਦਾ, ਇਹਦੀ ਦੂਆ ਰੰਗ ਹੈ, ਫਿਰ ਸੱਚ ਦਾ ਰੰਗ, ਰੰਗ ਕਬੂ ਹੋਣਾ ਜਾਵੇ, ਉਹ ਰੰਗ ਜਾਂਦਾ ਹੀ ਨਹੀਂ ਕਦੇ, ਉਤਰਦਾ ਹੀ ਨਹੀਂ ਹੈ। ਰਾਮ ਰੰਗ ਉਤਰ ਸੁਣਾ, ਗੁਰਪੁਰਾ ਜਿਸ ਦੇ ਬਜਾਏ